ਹਾਨੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਤੇ ਸਦਾ ਨਹੀਂ ਉਹ ਬੰਦਿਆ ਚੜਾਈਆਂ ਰਹਿੰਦੀਆਂ ਜਿੰਨਾ ਦਿਨਾਂ ਵਿੱਚ ਇਹ ਵਾਲੀਆਂ ਚੜਾਈਆਂ ਨਹੀਂ ਰਹਿਣੀਆਂ ਉਹਨਾਂ ਦਿਨਾਂ ਵਿੱਚ 5-7 ਸਾਲ ਬਾਅਦ ਇਸੇ ਬੰਦੇ ਨੇ ਆਪਣੀਆਂ ਇੰਟਰਵਿਊਆਂ ਵਿੱਚ ਹਾਨੀ ਸਿੰਘ ਵਾਂਗੂ ਹੀ ਸਹੰਤੀ ਭਾਲਨੀ ਆ ਕਿ ਉਹਨਾਂ ਦਿਨਾਂ ਵਿੱਚ ਮੈਂ ਜੂਆ ਖੇਡਿਆ ਖਡਾਇਆ ਲੋਕਾਂ ਨੂੰ ਇਸ ਮਾੜੀ ਲੱਤ ਤੇ ਲਾਇਆ ਅੱਜ ਇੱਕ ਗੱਲ ਜੀ ਵੈਲਕਮ ਬੈਕ ਟੂ ਪਰਮ ਖੇਲਾ ਚੈਨਲ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋ ਗੋਗੇ ਸੋ ਮਿੱਤਰੋ ਇੱਕ ਤਾਂ ਫੁਕਰਾ ਹੁੰਦਾ ਆ ਤੇ ਇੱਕ ਫੁਕਰਾ ਪ੍ਰੋਮੈਕਸ ਅੱਜ ਦੀ ਡੇਟ ਵਿੱਚ ਹਨੀ ਸਿੰਘ ਇਸ ਗੱਲ ਦੀ ਖੁਦ ਗਵਾਹੀ ਭਰਦਾ ਆ ਉਹ ਖੁਦ ਐਕਸੈਪਟ ਕਰ ਰਿਹਾ ਕਿ ਉਹ ਇੱਕ ਟਾਈਮ ਤੇ ਫੁਕਰਾ ਪ੍ਰੋਮੈਕਸ ਹੁੰਦਾ ਸੀ ਹਨੀ ਸਿੰਘ ਨੇ ਇੱਕ ਪੋਡਕਾਸਟ ਵਿੱਚ ਕਿਹਾ ਕਿ ਜੇ ਇਸ ਵੇਲੇ ਉਹਦਾ ਕੈਰੀਅਰ ਪੀਕ ਤੇ ਚੱਲ ਰਿਹਾ ਸੀ ਸਾਰੇ ਗਾਣੇ ਹਿੱਟ ਹੋ ਰਹੇ ਸੀ ਅੰਨੇ ਵਾ ਪੈਸੇ ਦੀ ਬਾਤਛੜ ਹੋ ਰਹੀ ਸੀ ਉਸ ਵੇਲੇ ਉਹ ਫੁਕਰਾ ਪ੍ਰੋਮੈਕਸ ਬਣ ਚੁੱਕਾ ਸੀ ਹਨੀ ਸਿੰਘ ਕਹ ਆਰ ਨਿਕਲਦਾ ਸੀ ਜਾਂ ਕਿਤੇ ਵੀ ਜਾਂਦਾ ਸੀ ਤਾਂ ਨਾਲ 15-20 ਮੁੰਡਿਆਂ ਦੀ ਟੋਲੀ ਲੈ ਕੇ ਜਾਂਦਾ ਸੀ ਘਰੋਂ ਨਿਕਲਦੇ ਸਾਰ ਪਿੱਛੇ ਛੇ-ਛੇ ਕਾਰਾਂ ਦਾ ਕਾਫਲਾ ਹੁੰਦਾ ਸੀ ਤਾਂ ਮੈਂ ਕਿਸੇ ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ ਹੁੰਦਾ ਹਨੀ ਸਿੰਘ ਕਹਿੰਦਾ ਕਿ ਉਹਨਾਂ ਦਿਨਾਂ ਵਿੱਚ ਮੈਂ ਘਰੇ ਨਹੀਂ ਸੀ ਵੱੜਦਾ ਵਾਈਫ ਦੀ ਕੇਅਰ ਨਹੀਂ ਸੀ ਕਰਦਾ ਆਪਣੀ ਫੈਮਿਲੀ ਨੂੰ ਟਾਈਮ ਨਹੀਂ ਸੀ ਦਿੰਦਾ ਨਸ਼ੇ ਵਿੱਚ ਦੁੱਤ ਰਹਿੰਦਾ ਸੀ ਪਰ ਏਹੀ ਗੱਲ ਜਦੋਂ ਉਹਨਾਂ ਦਿਨਾਂ ਵਿੱਚ ਕੋਈ ਪੱਤਰਕਾਰ ਕਰਦਾ ਸੀ ਜਾਂ ਕੋਈ ਬੰਦਾ ਅਖਬਾਰਾਂ ਵਿੱਚ ਇਹ ਲਿਖ ਦਿੰਦਾ ਸੀ ਕਿ ਹਨੀ ਸਿੰਘ ਇਹਨਾਂ ਗੱਲਾਂ ਵਿੱਚ ਗਲਤਵਾ ਤਾਂ ਲੋਕੀ ਹਨੀ ਸਿੰਘ ਦੇ ਜਿਹੜੇ ਫੈਨ ਹੁੰਦੇ ਸੀ ਤਾਂ ਉਸ ਬੰਦੇ ਦਾ ਜੂਣਾ ਹਰਾਮ ਕਰ ਦਿੰਦੇ ਸੀ ਕਹਿੰਦੇ ਸੀ ਕਿ ਤੂੰ ਇਹ ਗੱਲ ਕਹਿਣ ਵਾਲਾ ਕਿਉਂ ਨਾ ਓਏ ਹਨੀ ਸਿੰਘ ਬਾਈ ਦਾ ਤਾਂ ਇਹ ਸੁਭਾਅ ਹੈ ਪਰ ਇਹੀ ਗੱਲ ਜਦੋਂ ਹਨੀ ਸਿੰਘ ਖੁਦ ਮੰਨ ਰਿਹਾ ਆ ਕਿ ਇਹ ਮੇਰੀਆਂ ਗਲਤੀਆਂ ਸੀ ਤੇ ਮੈਂ ਅੱਜ ਦੇ ਜੂਥ ਨੂੰ ਇਹ ਵੀ ਕਹਿਣਾ ਚਾਹੁੰਦਾ ਆ ਕਿ ਭਾਈ ਨਾ ਤਾਂ ਨਸ਼ੇ ਕਰੋ ਅਤੇ ਨਾ ਹੀ ਫੋਕਰੇ ਬਣੋ ਆਪਣੀ ਫੈਮਲੀ ਨੂੰ ਟਾਈਮ ਦਿਓ ਤਾਂ ਜੋ ਤੁਹਾਡਾ ਜੀਵਨ ਵਧੀਆ ਰਹੇ ਤਾਂ ਅੱਜ ਦੀ ਡੇਟ ਵਿੱਚ ਹਨੀ ਸਿੰਘ ਦੇ ਫੈਨ ਇਸ ਗੱਲ ਦੀ ਗਵਾਹੀ ਭਰ ਰਹੇ ਆ ਇਹ ਗੱਲ ਕਰ ਰਹੇ ਆ ਕਿ ਵਾਹ ਵਾਹ ਹਨੀ ਸਿੰਘ ਨੇ ਕਮਾਲ ਕਰਤੀ ਇਹੋ ਜੀਆਂ ਗਲਤੀਆਂ ਮੰਨਣ ਵਾਸਤੇ ਵੀ ਜਿਗਰਾ ਚਾਹੀਦਾ ਹਨੀ ਸਿੰਘ ਦਾ ਇਹ ਵਾਲਾ ਕਿੱਸਾ ਭਾਵੇਂ ਖਤਮ ਹੋ ਗਿਆ ਹਨੀ ਸਿੰਘ ਅੱਜ ਫੋਕਰਾਂ ਨਹੀਂ ਭਾਵੇਂ ਸੁਧਰ ਗਿਆ ਪਰ ਅੱਜ ਵੀ ਇੰਡਸਟਰੀ ਵਿੱਚ ਇਹੋ ਜਿਹੇ ਸਿੰਗਰ ਮੌਜੂਦ ਹਨ ਜਿਹੜੇ ਆਪਣੇ ਪੀਕ ਤੇ ਚੱਲ ਰਹੇ ਆ ਤੇ ਜੂਥ ਨੂੰ ਜੂਏ ਤੇ ਲਗਾ ਰਹੇ ਆ ਭਾਵੇਂ ਉਹਨਾਂ ਸਿੰਗਰਾਂ ਦਾ ਉਹ ਬੜਾ ਪੀਕ ਨਹੀਂ ਉਹ ਬੜਾ ਲੈਵਲ ਨਹੀਂ ਜਿਹੜਾ ਇੱਕ ਟਾਈਮ ਤੇ ਹਨੀ ਸਿੰਘ ਦਾ ਹੋਇਆ ਕਰਦਾ ਸੀ ਤੇ ਨਾ ਹੀ ਉਹਨਾਂ ਦਾ ਹੋ ਸਕਦਾ ਹਨੀ ਸਿੰਘ ਉਹਨਾਂ ਦਿਨਾਂ ਦਾ ਸੁਪਰਸਟਾਰ ਵਾ ਜਿਨ੍ਹਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਹੁੰਦਾ ਹੀ ਨਹੀਂ ਸੀ ਉਹਨੇ ਤਾਂ ਬਲੂ ਟੁੱਥ ਦੇ ਦਿਨਾਂ ਵਿੱਚ ਹੀ ਐਂਡ ਕਰਵਾਤੀ ਸੀ ਤੇ ਅੱਜ ਕੱਲ ਦੇ ਸਿੰਗਰ ਸੋਸ਼ਲ ਮੀਡੀਆ ਹੋਣ ਦੇ ਬਾਵਜੂਦ ਵੀ ਹਨੀ ਸਿੰਘ ਜਿੰਨਾ ਮਕਾਮ ਹਾਸਲ ਨਹੀਂ ਕਰ ਸਕਦੇ ਤੇ ਅੱਜ ਕੱਲ ਦੇ ਸਿੰਗਰ ਜਿਹੜੇ ਜੂਆ ਪ੍ਰਮੋਟ ਕਰ ਰਹੇ ਆ ਉਹਨਾਂ ਦੇ ਜਦੋਂ ਵੀ ਕੋਈ ਮੇਰੇ ਵਰਗਾ ਬੰਦਾ ਗੱਲ ਕਰਦਾ ਤਾਂ ਥੱਲੇ ਗਿਆਨ ਘੋਟਣ ਵਾਲੇ ਹਜ਼ਾਰਾਂ ਲੋਕ ਮੌਜੂਦ ਹੁੰਦੇ ਆ ਜਿਹੜੇ ਗਿਆਨ ਵੰਡਦੇ ਆ ਕਿ ਸਾਡੇ ਜਵਾਰੀ ਸੁਪਰਸਟਾਰ ਸਿੰਗਰ ਕਿਸੇ ਦਾ ਹੱਥ ਫੜ ਕੇ ਉਹਨੂੰ ਜੂਆ ਖੇਡਣਾ ਨਹੀਂ ਸਿਖਾਉਂਦੇ ਉਹ ਆਪਣੇ ਪੈਸੇ ਦਾ ਜੂਆ ਖੇਡਦੇ ਆ ਉਹ ਹਾਰਨ ਜਿੱਤਣ ਕਿਸੇ ਨੂੰ ਕੀ ਸ਼ਾਇਦ ਉਹ ਲੋਕ ਇਸ ਗੱਲ ਨੂੰ ਬਿਲਕੁਲ ਨਹੀਂ ਸਮਝਦੇ ਕਿ ਜੋ ਦਿਖਦਾ ਉਹੀ बिकਦਾ ਤੇ ਜਿਹੜੀ ਚੀਜ਼ ਵਾਰ-ਵਾਰ ਹਰ ਜਗ੍ਹਾ ਤੇ ਹਰ ਗਾਣੇ ਵਿੱਚ ਤੇ ਆਪਣੇ ਲਾਈਵ ਸ਼ੋਅਾਂ ਤੇ ਵੀ ਦਿਖਾਈ ਜਾਂਦੀ ਆ ਲੋਕਾਂ ਨੂੰ ਇਹਦੇ ਬਾਰੇ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਤੁਸੀਂ ਵੀ ਇਹਦੀ ਲਤ ਲਾਓ ਤੁਸੀਂ ਵੀ ਜੂਆ ਖੇਡੋ ਲੋਕਾਂ ਨੂੰ ਆਪ ਆਪ ਹੀ ਉਹਦੀ ਬੁਰੀ ਲੱਤ ਲੱਗ ਜਾਂਦੀ ਆ ਭਾਵੇਂ ਅੱਜ ਦੀ ਡੇਢ ਵਿੱਚ ਮੇਰੇ ਵਰਗਾ ਬੰਦਾ ਜਿਹੜਾ ਇਹੋ ਜਿਹਾ ਜਵਾਰੀ ਸਿੰਘਰਾਂ ਦੇ ਖਿਲਾਫ ਬੋਲਦਾ ਹੈ ਇਹਨਾਂ ਨੂੰ ਰੋਕਦਾ ਟੋਕਦਾ ਤਾਂ ਲੋਕੀ ਉਹਨੂੰ ਚੰਗਾ ਮੰਦਾ ਬੋਲਦੇ ਆ ਦੈਟਸ ਓਕੇ ਪਰ ਗਿੱਪੀ ਗਰੇਵਾਲ ਦਾ ਇੱਕ ਗਾਣਾ ਆ ਕਿ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਤੇ ਸਦਾ ਨਹੀਂ ਉਹ ਬੰਦੇ ਆ ਚੜ੍ਹਾਈਆਂ ਰਹਿੰਦੀਆਂ ਜਿੰਨਾ ਦਿਨਾਂ ਵਿੱਚ ਇਹ ਵਾਲੀਆਂ ਚੜ੍ਹਾਈਆਂ ਨਹੀਂ ਰਹਿਣੀਆਂ ਉਹਨਾਂ ਦਿਨਾਂ ਵਿੱਚ 5-7 ਸਾਲ ਬਾਅਦ ਇਸੇ ਬੰਦੇ ਨੇ ਆਪਣੀਆਂ ਇੰਟਰਵਿਊਆਂ ਵਿੱਚ ਹਾਨੀ ਸਿੰਘ ਵਾਂਗੂ ਹੀ ਸੈਂਤੀ ਭਾਲਨੀ ਆ ਕਿ ਉਹਨਾਂ ਦਿਨਾਂ ਵਿੱਚ ਮੈਂ ਜੂਆ ਖੇਡਿਆ ਖੱਡਾ ਆਇਆ ਲੋਕਾਂ ਨੂੰ ਇਸ ਮਾੜੀ ਲੱਤ ਤੇ ਲਾਇਆ ਮੈਂ ਇਸ ਚੀਜ਼ ਦੀ ਮਾਫੀ ਚਾਹੁੰਦਾ ਮੈਨੂੰ ਉਹਨਾਂ ਦਿਨਾਂ ਵਿੱਚ ਨਹੀਂ ਸੀ ਪਤਾ ਪਰ ਅੱਜ ਮੈਨੂੰ ਪਤਾ ਲੱਗ ਗਿਆ ਕਿ ਇਹ ਕੰਮ ਨਹੀਂ ਕਰਨਾ ਚਾਹੀਦਾ ਫਿਰ ਉਹਨਾਂ ਦਿਨਾਂ ਵਿੱਚ ਤੁਸੀਂ ਜਿੰਨਾ ਮਰਜ਼ੀ ਸੱਚ ਬੋਲ ਲਿਓ ਇੰਟਰਵਿਊ ਵਿੱਚ ਜਿੰਨਾ ਮਰਜ਼ੀ ਰੋਲ ਲਿਓ ਜਿੰਨੀਆਂ ਮਰਜ਼ੀ ਮਾਫੀ ਮੰਗ ਲਿਓ ਉਹਦਾ ਕੋਈ ਵੀ ਬੈਨੀਫਿਟ ਨਹੀਂ ਹੋਣਾ ਕਿਉਂਕਿ ਉਹਨੇ ਟਾਈਮ ਤੱਕ ਤਾਂ ਪੰਜਾਬ ਦੇ ਲੱਖਾਂ ਘਰ ਇਸ ਜੂਏ ਨੇ ਉਜਾੜ ਦਿੱਤੇ ਹੋਣੇ ਆ ਪਰ ਇੱਕ ਗੱਲ ਯਾਦ ਰੱਖਿਓ ਉਹਨਾਂ ਦਿਨਾਂ ਵਿੱਚ ਇਹਨਾਂ ਭੇਡਾਂ ਨੇ ਇਹ ਹੀ ਗੱਲ ਵੀ ਕਹਿਣੀ ਆ ਕਿ ਵਾਹ ਵਾਹ ਸਾਡੇ ਜਵਾਰੀ ਸਿੰਗਰ ਦੀ ਹਿੰਮਤ ਦੇਖੋ ਖੁਦ ਸੱਚ ਮੰਨ ਰਿਹਾ ਤੇ ਮਾਫੀ ਵੀ ਮੰਗ ਰਿਹਾ ਇਸ ਚੀਜ਼ ਲਈ ਵੀ ਹਿੰਮਤ ਚਾਹੀਦੀ ਆ ਪਰ ਭੇਡਾਂ ਦਾ ਭੇਡਾਂ ਹੁੰਦੀਆਂ ਭੇਡਾਂ ਦਾ ਕੀ ਆ ਕਿਉਂਕਿ ਭੇਡਾਂ ਨੂੰ ਬੰਨਣ ਵਾਲੀਆਂ ਕੋਟੀਆਂ ਵੀ ਭੇਡਾਂ ਦੀ ਉਹ ਬੰਦਾ ਕੋਈ ਮੌਕਾ ਛੱਡਦਾ ਹੀ ਨਹੀਂ ਜਿੱਥੇ ਆਪਣੇ ਜੂਏ ਨੂੰ ਨਾਲ ਲੈ ਕੇ ਨਾ ਜਾਵੇ ਆਪਣੇ ਨਵੇਂ ਗਾਣੇ ਵਿੱਚ ਜਿੱਥੇ ਇਹਨੇ ਆਪਣੀ ਸਟਰਗਲ ਲਾਈਫ ਦੱਸੀ ਆ ਰੋ ਰਿਹਾ ਆ ਆਪਣੀ ਸਟਰਗਲ ਲਾਈਫ ਦੱਸ ਰਿਹਾ ਸਿੰਪੀ ਭਾਲ ਰਿਹਾ ਕਿ ਮੈਂ ਇੱਕ ਗਰੀਬ ਹੁੰਦਾ ਸੀ ਮੇਰੇ ਮਾੜੇ ਦਿਨ ਸੀ ਅੱਜ ਮੇਰੇ ਚੰਗੇ ਦਿਨ ਆਏ ਮੈਂ ਮਿਹਨਤ ਕਰਕੇ ਅੱਗੇ ਆਇਆ ਤੇ ਉਥੇ ਗਲੇ ਵਿੱਚ ਐਡਾ ਵੜਾ ਜੂਆ ਵੀ ਲੁਕਾਇਆ ਹੋਇਆ ਤਾਂ ਉਥੇ ਫਿਰ ਤੁਸੀਂ ਆਪਣੀ ਮਿਹਨਤ ਦੀ ਗੱਲ ਕਿਉਂ ਕਰਦੇ ਹੋ ਸਿੱਧਾ ਕਹੋ ਨਾ ਕਿ ਮੈਂ ਜੂਆ ਖੇਡ ਕੇ ਇੱਥੇ ਤੱਕ ਆਇਆ ਮਿਹਨਤ ਦੀ ਗੱਲ ਕਰੋ ਹੀ ਨਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮੈਂ ਜੂਆ ਖੇਡ ਕੇ ਇੱਥੇ ਤੱਕ ਆਇਆ ਕਿ ਮੈਂ ਸਫਰ ਦੱਸਾਂ ਕਿ ਆਪਣਾ ਸਿਖਰ ਦੱਸਾਂ ਫਿਰ ਤੁਸੀਂ ਇਹੀ ਕਹਿ ਰਹੇ ਹੋ ਕਿ ਤੁਸੀਂ ਵੀ ਆਪਣਾ ਸਿਖਰ ਦੇਖਣਾ ਹੈ ਤਾਂ ਜੂਆ ਖੇਡੋ ਮੈਨੂੰ ਇਸ ਗੱਲ ਦੀ ਵੀ ਹੈਰਾਨੀ ਆ ਕਿ ਲੋਕੀ ਇਸ ਬੰਦੇ ਦਾ ਦੋਗਲਾਪਨ ਫੜ ਹੀ ਨਹੀਂ ਪਾਏ ਇੱਕ ਬੰਨੇ ਤਾਂ ਬੰਦਾ ਆਪਣੀ ਮਿਹਨਤ ਦੱਸ ਕੇ ਸਟਰਗਲ ਲਾਈਫ ਦੱਸ ਕੇ ਸਿਮਤੀ ਲੈ ਗਿਆ ਤੇ ਦੂਜੇ ਬੰਨੇ ਉਸੇ ਗਾਣੇ ਵਿੱਚ ਉਸੇ ਵੀ ਜਾਂ ਤਾਂ ਹੁਣ ਭੇਡਾਂ ਅੰਨੀਆਂ ਆ ਉਹਨਾਂ ਨੂੰ ਦਿਖਦਾ ਨਹੀਂ ਜਾਂ ਭੇਡਾਂ ਨੇ ਜਾਣ ਬੁੱਝ ਕੇ ਅੱਖਾਂ ਤੇ ਪੱਟੀ ਬੰਨੀ ਹੋਈ ਆ ਉਹਨਾਂ ਨੂੰ ਉਮੀਦ ਆ ਕਿ ਸ਼ਾਇਦ ਇਸ ਜੂਏ ਵਾਲੇ ਹਿੱਸੇ ਵਿੱਚੋਂ ਕੁਝ ਇੱਕ ਛੱਟੇ ਸਾਡੇ ਉੱਤੇ ਵੀ ਪੈ ਜਾਣਗੇ ਹੁਣ ਜੇਕਰ ਮੈਂ ਚਾਹਾਂ ਤਾਂ ਮੈਂ ਵੀ ਦੂਜੇ ਲੋਕਾਂ ਵਾਂਗੂ ਇਹੋ ਜਿਹੇ ਜਵਾਰੀ ਸਿੰਘਰਾਂ ਦੀਆਂ ਤਰੀਫਾਂ ਕਰਕੇ ਮਿੱਠੇ ਪੋਚੇ ਮਾਰ ਕੇ ਵੀਡੀਓ ਬਣਾ ਸਕਦਾ ਤਾਂ ਜੋ ਇਹੋ ਜਿਹੇ ਜਵਾਰੀ ਸਿੰਘਰਾਂ ਦੇ ਫੈਨ ਮੈਨੂੰ ਵੀ ਫੋਲੋ ਕਰਨ ਮੈਂ ਇਹੋ ਜੀ ਫੈਨ ਫੋਲਿੰਗ ਤੋਂ ਲੈਣਾ ਹੀ ਕੀ ਆ ਜਿਹੜੀ ਅੰਗੀ ਬੋਲੀ ਹੋਵੇ ਜਿਹਨੂੰ ਸਹੀ ਤੇ ਗਲਤ ਦੀ ਪਹਿਚਾਣੀ ਨਾ ਹੋਵੇ ਫੋਲਓਰ ਚਾਰ ਘਟ ਵੀ ਚਲ ਜੂ ਪੈਸਾ ਨਾ ਵੀ ਕਮਾ ਹੋਇਆ ਉਹ ਵੀ ਚਲ ਜੂ ਲੋਕਾਂ ਨੇ ਚਾਰ ਗਾਲਾਂ ਕਮੈਂਟਾਂ ਵਿੱਚ ਕੱਢ ਲੀਆਂ ਉਹ ਵੀ ਚਲ ਜੂ ਪਰ ਐਟ ਲੀਸਟ ਖੁਦ ਤੇ ਇੱਕ ਫਕਰ ਜਿਆ ਤਾਂ ਹੋਊ ਘਰੋਂ ਜਦੋਂ ਵੀ ਨਿਕਲੂ ਤੌਣ ਚੱਕ ਕੇ ਨਿਕਲੂਗਾ ਤਾਂ ਜੋ ਰਾਹ ਵਿੱਚ ਜੇ ਕਿਸੇ ਨੇ ਪਛਾਣ ਵੀ ਲਿਆ ਅਗਲਾ ਇਹੋ ਜਿਹਾ ਮੇਣਾ ਨਹੀਂ ਮਾਰੂ ਕਿ ਤੂੰ ਵੀ ਲੋਕਾਂ ਨੂੰ ਮਿੱਠੇ ਪੋਚੇ ਮਾਰਨ ਵਾਲਾ ਨਿਕਲਿਆ ਤੋਂ ਆਪਣੀ ਰਾਏ ਅਤੇ ਆਪਣੀਆਂ ਗਾਲਾਂ ਕਮੈਂਟਾਂ ਵਿੱਚ ਕੱਢਣਾ ਬਿਲਕੁਲ ਨਾ ਭੁੱਲਿਓ ਆਉਣ ਵਾਲੀਆਂ ਵੀਡੀਓ ਥੱਲੇ ਗਾਲਾਂ ਕੱਢਣ ਵਾਸਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ